ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸੰਗਰੂਰ ਪਹੁੰਚੇ ਜਿੱਥੇ ਉਹ ਅਕਾਲੀ ਦਲ ਤੇ ਖੁਦ ਪਰੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਨੂੰ 9 ਮਾਸ ਦੇ ਰਿਸ਼ਤੇ ਵਾਲੀ ਪਾਰਟੀ ਕਿਹਾ ਜਾਂਦਾ ਸੀ, ਲੇਕਿਨ ਜਦ ਸਭ ਤੋਂ ਜ਼ਿਆਦਾ ਲੋੜ ਸਾਨੂੰ 9 ਦੀ ਸੀਗੀ ਤੇ ਉਹ ਸਾਡੇ ਨਾਲ ਨਹੀਂ ਸੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਾਨੂੰ ਕਾਂਗਰਸ ਪਾਰਟੀ ਨੇ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਕਿ ਅਕਾਲੀ ਦਲ ਨੇ ਕੀਤਾ ਹੈ। ਅਕਾਲੀ ਦਲ ਨੇ ਸਾਡੇ ਕਾਰਨ ਰਾਜ ਕੀਤਾ, ਪੰਜਾਬ ਦੇ ਹਰ ਪਿੰਡ ਦੇ ਵਿੱਚ ਜਾ ਕੇ ਸਾਡੀ ਗਲਤ ਛਵੀ ਬਣਾਈ। ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਜਾ ਕੇ ਅਕਾਲੀ ਦਲ ਨੇ ਇਹ ਕਿਹਾ ਕਿ ਬੀਜੇਪੀ ਪੰਜਾਬ ਵਿਰੋਧੀ ਹੈ, ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਦਾ ਵਿਰੋਧ ਕਰ ਰਹੇ ਹਨ, ਜਿਹੜਾ ਕਿ ਗਲਤ ਹੈ। ਉੱਥੇ ਹੀ ਗੋਲੀ ਬਰਾੜ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਰ ਬਾਰ ਝੂਠ ਬੋਲਦੇ ਹੈ ਗੋਲੀ ਬਰਾੜ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਜਿਹੜੀ ਇੰਟਰਨੈਸ਼ਨਲ ਮੁੱਦੇ ਹੁੰਦੇ ਹੈ ਉਹ ਸੈਂਟਰ ਦੇ ਹੁੰਦੇ ਹੈ, ਸਟੇਟ ਦੇ ਨਹੀਂ। ਸਿਰਫ ਆਪਣੇ ਰਾਜਨੀਤਿਕ ਫਾਇਦਾ ਲੈਣ ਦੇ ਲਈ ਸੀਐਮ ਮਾਨ ਝੂਠ ਬੋਲਦੇ ਨੇ। ਉੱਥੇ ਐਸ ਵਾਈ ਐਲ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੇਰਾ ਸਟੈਂਡ ਇਹੀ ਹੈ ਕਿ ਪੰਜਾਬ ਦੇ ਕੋਲ ਪਾਣੀ ਨਹੀਂ ਹੈ ਅਤੇ ਪੰਜਾਬ ਪਾਣੀ ਕਿਸੇ ਨੂੰ ਨਹੀਂ ਦੇ ਸਕਦਾ। ਐਸਾ ਕਿ ਇਹ ਬੀਜੇਪੀ ਦੀ ਖੂਬਸੂਰਤੀ ਹੈ ਕਿ ਬੀਜੇਪੀ ਦੇ ਅੰਦਰ ਪਾਰਟੀ ਦਾ ਪ੍ਰਧਾਨ ਏ ਬਣੇ, ਬੀ ਬਣੇ, ਸੀ ਬਣੇ, ਲੇਕਿਨ ਪੂਰੀ ਪਾਰਟੀ ਇਕਜੁੱਟਤਾ ਦੇ ਨਾਲ ਪੂਰੇ ਇਕੱਠ ਦੇ ਨਾਲ ਇਕੱਠੀ ਹੁੰਦੀ ਹੈ। ਔਰ ਅੱਜ ਤੁਸੀਂ ਦੇਖਿਆ ਕਿ ਰਣਦੀਪ ਦੇ ਇਹ ਜਿਹੜਾ ਕਾਰਜਕ੍ਰਮ ਅਸੀਂ ਰੱਖਿਆ ਸੀ ਉਹਦਾ ਸੰਭਾਲ ਸਮਾਰੋਹ, ਇਹ ਤਾਜਪੋਸ਼ੀ ਨਹੀਂ, ਉਹਦਾ ਸੰਭਾਲਿਆ ਇਹਨਾਂ ਨੇ। ਪਹਿਲਾਂ ਵੀ ਸੀ ਪ੍ਰਧਾਨ, ਲੇਕਿਨ ਇੱਕ ਵਾਰੀ ਫਿਰ ਸਾਰੇ ਕਾਰਜਕਰਤਾ ਸ਼ੁਭਕਾਮਨਾ ਦੇਣ ਲਈ ਆਏ ਔਰ ਇਹ ਯਕੀਨ ਦਿਲਾਉਣ ਲਈ ਆਏ ਕਿ ਪ੍ਰਧਾਨ ਜੀ ਜਿਹੜਾ ਤੁਹਾਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਸਾਰੀ ਪਾਰਟੀ ਸਾਰੇ ਕਰਤਾ ਤੁਹਾਡੇ ਨਾਲ ਨੇ, ਤੁਸੀਂ ਪਾਰਟੀ ਲਈ ਕੰਮ ਕਰੋ। ਪਰ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ, ਜਿੱਡੀ ਭਾਰੀ ਸੰਖਿਆ ਦੇ ਅੰਦਰ ਸੰਗਰੂਰ ਦਾ ਇਹ ਸਮਾਗਮ ਹੋਇਆ, ਸਰਦੀਆਂ ਦਾ ਦਿਨ ਨੇ, ਇਹ ਸਾਡਾ ਜਿਹੜਾ ਇੱਥੋਂ ਦਾ ਨੇਤ੍ਰਿਤਵ ਹੈ, ਵਿਸ਼ੇਸ਼ਕਰ ਅਰਵਿੰਦ ਖੰਨਾ ਜੀ ਜਿਹੜੇ ਕਿ ਇੱਥੋਂ ਦੀ ਵਿਧਾਇਕ ਰਹੇ ਨੇ, ਉਹਨਾਂ ਦੇ ਨਾਲ ਲੋਕਾਂ ਦਾ ਕਿੰਨਾ ਪਿਆਰ ਹੈ। ਢਿੱਲੋਂ ਸਾਹਿਬ ਜਿਹਨਾਂ ਨੇ ਪਾਰਲੀਮੈਂਟ ਚੁਣਾਵ ਲੜਿਆ, ਪੂਨੀਆ ਸਾਹਿਬ ਸਾਡੇ, ਨੈਨੋਵਾਲ ਸਾਹਿਬ, ਇਹ ਸਭ ਲੋਕ ਔਰ ਸਾਡੀ ਪਾਰਟੀ ਦੇ ਇਸ ਸਮਾਰੋਹ 'ਚ ਨੌਲੱਖਾ ਜੀ ਵੀ ਆਏ, ਚੀਮਾ ਜੀ ਵੀ ਆਏ ਔਰ ਰਣਦੀਪ ਨੂੰ ਅੱਜ ਇਹ ਅਹੁਦਾ ਸੌਂਪਿਆ। ਔਰ ਮੈਨੂੰ ਲੱਗਦਾ ਕਿ ਇਹਦੇ ਨਾਲ ਪਾਰਟੀ ਮਜ਼ਬੂਤ ਹੋਏਗੀ। ਉਹਦੇ ਵਿੱਚ ਇੱਕ ਕਾਰਨ ਹੈ, ਪੰਜਾਬ ਅੱਜ ਰਾਮ ਭਰੋਸੇ ਹੈ, ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ, ਜੰਗਲ ਰਾਜ ਹੈ, ਪੰਜਾਬ ਦੇ ਅੰਦਰ ਗੈਂਗਸਟਰ ਰਾਜ ਹੈ, ਪੰਜਾਬ ਦੇ ਅੰਦਰ ਫਰੋਤੀਆਂ ਮੰਗਣ ਵਾਲਿਆਂ ਦਾ ਰਾਜ ਹੈ, ਪੰਜਾਬ ਦੇ ਅੰਦਰ ਦਿਨ ਦਿਹਾੜੇ ਹੱਤਿਆ ਕਰਨ ਵਾਲਿਆਂ ਦਾ ਰਾਜ ਹੈ। ਔਰ ਕੱਲ੍ਹ ਤਾਂ ਹੱਦ ਹੋ ਗਈ, ਲੁਟੇਰਿਆਂ ਕੋਲ ਗਨਸ ਕਿੱਥੋਂ ਆ ਰਹੀਆਂ, ਪੁਲਿਸ ਦੇ ਮੁਲਾਜ਼ਮ ਦੀ ਸ਼ਹੀਦ ਹੋ ਜਾਂਦਾ। ਜੇ ਪੁਲਿਸ ਸੁਰੱਖਿਅਤ ਨਹੀਂ ਹੈ, ਆਮ ਪੰਜਾਬੀ ਸਰਕਾਰ 'ਚ ਆਪਣੇ ਆਪ ਨੂੰ ਸੁਰੱਖਿਅਤ ਕਿੱਦਾਂ ਮੰਨੇਗਾ। ਲੇਕਿਨ ਮਾਣ ਹੈ ਕਿ ਉਹਦੇ ਕੰਨ 'ਤੇ ਜੂ ਨਹੀਂ ਰੱਖਦੀ, ਮੈਨੂੰ ਲੱਗਦਾ ਉਹਨੂੰ ਅਹਿਸਾਸ ਹੀ ਨਹੀਂ ਹੈ ਕਿ ਉਹ ਮੁੱਖ ਮੰਤਰੀ ਹੈ। ਬਚਕਾਨੇ ਬਿਆਨ ਆਉਣਗੇ ਉਹਨਾਂ ਦੇ, ਉਹਨਾਂ ਦਾ ਕੱਲ੍ਹ ਫਿਰ ਬਿਆਨ ਆ ਜਾਣਾ ਕਿ ਸਥਿਤੀ ਕੰਟਰੋਲ 'ਚ ਹੈ।